ਜੇ ਨਵਾਂ ਘਰ ਖਰੀਦਣ ਦੀ ਸੋਚ ਰਹੇ ਹੋ ਤਾਂ ਹੁਣ ਹੋ ਜਾਓ ਸਾਵਧਾਨ, ਕਿਉਂਕਿ ਲੋਕਾਂ ਨੂੰ ਠੱਗਣ ਦੇ ਲਈ ਹੁਣ ਇਹ ਗਿਰੋਹ ਹੋ ਗਿਆ ਐਕਟਿਵ। ਤਾਂ ਦੱਸ ਦੇ ਕਿ ਲੋਕ ਜਿੱਥੇ ਆਪਣੇ ਸੁਪਨਿਆਂ ਦਾ ਘਰ ਖਰੀਦਣ ਦੇ ਲਈ ਆਪਣੀ ਜ਼ਿੰਦਗੀ ਦੀ ਸਾਰੀ ਬੱਚਤ ਲਗਾ ਦਿੰਦੇ ਨੇ ਅਤੇ ਠੱਗ ਇੱਕ ਝਟਕੇ ਦੇ ਵਿੱਚ ਇਹਨਾਂ ਦੀ ਸਾਲਾਂ ਦੀ ਮਿਹਨਤ ਹੁੰਝ ਕੇ ਲੈ ਜਾਂਦੇ ਨੇ, ਕਿਉਂਕਿ ਅੱਜ ਕੱਲ੍ਹ ਠੱਗੀਆਂ ਇੰਨੀਆਂ ਵੱਧ ਗਈਆਂ ਨੇ ਕਿ ਸਹੀ ਗਲਤ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ। ਤਾਂ ਇਸੀ ਚੀਜ਼ ਦਾ ਫਾਇਦਾ ਚੁੱਕਦੇ ਨੇ ਠੱਗ। ਜਿੱਥੇ ਤਾਜ਼ਾ ਮਾਮਲਾ ਖਰੜ ਦਾ ਸਾਹਮਣੇ ਆਇਆ ਤਾਂ ਜਿੱਥੇ ਇਹਨਾਂ ਠੱਗਾਂ ਨੇ ਨਵਾਂ ਘਰ ਵੇਚਣ ਦੇ ਝੂਠ ਦੇ ਵਿੱਚ ਕਈ ਲੋਕਾਂ ਨੂੰ ਠੱਗਿਆ। ਦੱਸ ਦੇ ਕਿ ਇੱਕ ਗਿਰੋਹ ਐਕਟਿਵ ਹੋਇਆ ਜਿਸ ਦਾ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ। ਤਾਂ ਇਹਨਾਂ ਦਾ ਮਾਸਟਰ ਮਾਈਂਡ ਕੋਈ ਹੋਰ ਨਹੀਂ ਬਲਕਿ ਨੇਹਾ ਨਾਮ ਦੀ ਇੱਕ ਲੜਕੀ ਹੈ, ਜੋ ਕਿ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਈ ਲੋਕਾਂ ਤੋਂ ਲੱਖਾਂ ਕਰੋੜਾਂ ਦੀ ਠੱਗੀ ਮਾਰ ਚੁੱਕੀ ਹੈ। ਦੱਸ ਦੇ ਕਿ ਮਹਿਲਾ ਜ਼ਿਆਦਾਤਰ ਪੰਜਾਬ ਤੋਂ ਬਾਹਰ ਰਹਿਣ ਵਾਲੇ ਜੋ ਕਿ ਪੰਜਾਬ ਦੇ ਵਿੱਚ ਆਪਣਾ ਫਲੈਟ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਕਹਿ ਕੇ ਆਪਣਾ ਫਲੈਟ ਦਿਖਾਉਂਦੀ ਹੈ ਕਿ ਇਹ ਉਸਦਾ ਹੀ ਫਲੈਟ ਹੈ ਅਤੇ ਇਹ ਉਸਦੀ ਮਾਲਿਕ ਹੈ, ਅਤੇ ਇਸ ਲਾਲਚ ਦੇ ਵਿੱਚ ਉਹ ਟੋਕਨ ਮਨੀ ਲੈਂਦੀ ਹੈ ਅਤੇ ਇਸ ਤਰੀਕੇ ਦੇ ਨਾਲ ਕਈ ਉਹ ਲੱਖਾਂ ਕਰੋੜਾਂ ਦੀ ਠੱਗੀ ਮਾਰ ਚੁੱਕੀ ਹੈ, ਜਿਸ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ। ਤਾਂ ਪੁਲਿਸ ਨੇ ਦੱਸਿਆ ਕਿ ਲਗਾਤਾਰ ਸਾਡੇ ਕੋਲ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ, ਤਾਂ ਖਾਸ ਤੌਰ 'ਤੇ ਉਹ ਲੋਕ ਜੋ ਕਿ ਹਿਮਾਚਲ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਡੇ ਨਾਲ ਠੱਗੀ ਹੋਈ ਹੈ, ਜਿਸ ਦੇ ਵਿੱਚ ਸਨੀ ਇਨਕਲੇਵ ਦੇ ਵਿੱਚ ਬਣੇ ਇੱਕ ਦਫ਼ਤਰ ਚਲਾ ਰਹੀ ਮਹਿਲਾ 'ਤੇ ਉਹਨਾਂ ਨੇ ਇਲਜ਼ਾਮ ਲਗਾਏ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕੀ ਨਾਮ ਮੈਡਮ ਤੁਹਾਡਾ ਜਿਹੜਾ ਤੁਸੀਂ ਥਾਣੇ ਆਏ ਹੋ? ਮਮਤਾ ਤੋਮਰ। ਕੀ ਇਸ਼ੂ ਹੋਇਆ? ਮੇਰੇ 80 ਲੱਖ ਮੈਂ ਡੀਲ ਹੋਈ ਸੀ ਕੋਠੀ ਮੈਂ, ਦਸਮੇਸ਼ ਨਗਰ ਮੈਂ 15 ਸੈਕਟਰ ਮੈਂ, ਔਰ ਸਭ ਕੁਛ ਜੈਨੂਇਨ ਹੈ, ਸਭ ਕੁਛ ਹੈ, ਕਿਉਂਕਿ ਅਭੀ ਡੀਲਰ ਆਇਆ ਉਸਨੇ ਵੀ ਕਨਫਰਮ ਕਰ ਦੀ ਹੈ, ਸਭ ਕੁਛ ਜੈਨੂਇਨ ਹੈ। ਆਪਨੇ ਕਿਸ ਸੇ ਲਈ ਥੀ ਜੀ? ਯੇ ਨੇਹਾ ਕੌਰ ਉਰਫ ਵੋ ਵਿਕਾਸ ਕੁਮਾਰ, ਵਿਕਾਸ ਕੋ ਮੈਨੇ ਪੈਸੇ ਦੀ ਹੈ। ਆਫਿਸ ਕਾ ਇਨਕਾ? ਯੇ ਸਨੀਲ ਕਲੇਨ 123 ਸੈਕਟਰ ਮੈਂ। ਕਿਤਨੇ ਪੈਸੇ ਦੀ ਹੈ? ਮੈਨੇ ਦੀ ਹੈ 9 ਲੱਖ। ਓਕੇ। ਔਰ 1 ਲੱਖ ਇਸਨੇ ਵਾਪਿਸ ਕਰਾਏ, ਔਰ 9 ਲੱਖ ਮੇਰੇ, ਔਰ ਜੋ ਮੈਂਟਲ ਹੈਰੈਸਮੈਂਟ ਕਰਾਇਆ ਨਾ, ਰੋਜ਼ ਮੈਂ ਜਾ ਰਹੀ ਹੂੰ, ਮੇਰੇ ਕੋ ਦੋ ਇੱਕ ਲੇਡੀ ਤੋਂ ਮੁਝੇ ਮਾਰਨੇ ਆਈ, ਉਸਕਾ ਨਾਮ ਕਿਆ ਹੈ? ਮੀਨਾ ਹੈ, ਗੋਰੇ ਵਾਲ ਵਾਲੀ ਹੈ, ਗੋਰੇ ਗੋਰੀ ਹੈ, ਔਰ ਉਸਕੇ ਵੈਸੇ ਵਾਲ ਹੈ, ਸੁਨਹਿਰੀ ਵਾਲ ਹੈ। ਔਰ ਮੇਰੇ ਕੋ ਉਸ ਦਿਨ ਪੈਨਿਕ ਅਟੈਕ ਵੀ ਆਇਆ ਇਸਕੇ ਆਫਿਸ ਮੈਂ, ਮੈਨੇ ਇਸਕੇ ਸਾਹਮਣੇ ਹੱਥ ਜੋੜੇ, ਪੈਰ ਛੂਏ, ਔਰ 2 ਲੱਖ ਕਾ ਇਸਨੇ ਚੈੱਕ ਲਗਾਇਆ ਕਿ ਸ਼ਾਮ ਕੋ ਆ ਜਾਏਂਗੇ, ਫਿਰ ਕੁਛ ਐਸਾ ਗਲਤ ਬਣਾ ਕੇ ਇਸਨੇ ਵੋ ਕਰ ਦਿਆ ਕਿ 1 ਲੱਖ ਰੁਪਏ ਮੈਨੇ ਟ੍ਰਾਂਸਫਰ ਕਰ ਦਿਆ ਹੈ, ਵੋ ਫਿਰ ਹਸਬੈਂਡ ਨੇ ਬੋਲਾ ਕਿ ਇਹ ਤੋ ਮੁਝੇ ਵੀ ਆਤਾ ਹੈ, ਫਿਰ 5 ਲੱਖ ਇਹਨਾਂ ਬੋਲਾ ਕਿ ਮੈਂ ਤੇਰੇ ਕੋ ਕਰਕੇ ਦਿਖਾਊਂ, ਤੂੰ ਇਤਨਾ ਉੱਲੂ ਬਣਾ ਰਹੀ ਹਾਂ ਮੈਂ, ਫਿਰ ਕਹਿ ਰਹੀ ਨਹੀਂ ਨਹੀਂ ਮੈਂ ਕਰਤੀ ਹੂੰ, ਕੋਈ ਇਸਨੇ ਕੋਈ ਵੈਲੀ ਮੇਰੀ ਤੋ ਪੁਲਿਸ ਜੇਬ ਮੈਂ ਰੱਖਤੀ ਹੂੰ, ਮੈਂ ਤੇਰੇ ਕੋ ਕਰਨੇ ਜੋ ਕਰਨਾ ਹੈ, ਔਰ ਇਨ ਕੋਈ ਬੰਦਾ ਆਇਆ ਥਾ ਉਹ ਕਹਿ ਰਹਾ ਮੈਂ ਕਰਾਊਂਗਾ ਸੈਟਲਮੈਂਟ, ਇਸਨੇ ਲਿਖ ਕੇ ਵੀ ਦਿਆ ਹੈ ਜੇ ਕਿ ਮੈਂ ਰੋਜ਼ 50,000 ਰੁਪਏ ਦੂੰਗੀ, ਰੋਜ਼ 50,000 ਰੁਪਏ ਦੂੰਗੀ ਮੈਂ ਜੇ ਰਹੀ, ਔਰ ਬੋਲਤੀ 50,000 ਰੁਪਏ ਮੈਂ ਰੋਜ਼ ਦੂੰਗੀ, ਹਮਨੇ ਕਹਾ ਠੀਕ ਹੈ, ਹਮਨੇ ਬਾਤ ਵੀ ਮਾਨ ਲਈ ਉਸਕੀ, ਮੈਨੇ ਕਹਾ ਠੀਕ ਹੈ, ਇੱਕ ਅੰਕਲ ਆਏ ਥੇ ਇਸਨੇ ਸੀਸੀਟੀਵੀ ਕੈਮਰੇ ਵਗੈਰਾ ਸਾਰਾ ਕੁਛ ਬੰਦ ਕਰਾ ਦਿਆ ਥਾ, ਉਸਕੇ ਬਾਅਦ ਮੈਂ ਜੇਲ, ਕਹਿ ਰਹੇ ਮੈਂ ਦਿਲਾਊਂਗਾ ਪੈਸੇ, ਮਮਤਾ ਤੂੰ ਹਸਤੀ ਹੋਈ ਅੱਛੀ ਲੱਗ ਰਹੀ ਹੈ, ਐਸੇ ਐਸੇ ਕਰਕੇ ਬੋਲੇ, ਹਮਨੇ ਵੀਡੀਓ ਵੀ ਬਣਾਈ ਹੈ ਉਨਕੀ, ਵੀਡੀਓ ਹੈ ਹਮਾਰੇ ਪਾਸ, ਔਰ ਉਨਹੇ ਆਪਨੇ ਟੋਟਲ ਦਿਆ ਕਿਤਨਾ ਥਾ? 9 ਲੱਖ 9 ਲੱਖ 1 ਲੱਖ ਮਿਲਾ 1 ਲੱਖ ਮਿਲਾ ਹੈ। ਆਪਕੀ ਡੀਲ ਕਿਤਨੇ ਕੀ ਹੋਈ ਥੀ? 80 ਲੱਖ ਕੀ। ਔਰ ਕਿਆ ਦਿਖਾਇਆ ਗਿਆ ਥਾ ਆਪਕੋ? ਕੋਠੀ ਦਿਖਾਈ ਥੀ, ਜਨੂਨ ਉਸਮੇ ਰਹਿ ਰਹੇ ਹੈ, ਹਮਾਰਾ ਜਨੂਨ ਹੈ, ਸਭ ਰਿਤੇਸ਼ ਗਰਗ ਨਾਮ ਹੈ ਉਸਕਾ, ਜੋ ਰਹਿ ਰਹੇ ਹੋ ਰਹਿ ਰਹੇ ਉਸਮੇ, ਆਪਨੇ ਉਨਸੇ ਵੀ ਬਾਤ ਕੀ? ਹਮਨੇ ਨਹੀਂ ਨਹੀਂ ਹਮਨੇ ਬਾਅਦ ਮੇਂ ਹਮਾਰੇ ਪਾਸ ਜੋ ਲੜਕਾ ਦਿਖਾਨੇ ਗਿਆ ਥਾ ਪਹਿਲੇ ਭਾਗ ਗਿਆ, ਫਿਰ ਉਸ ਦਿਨ ਇੱਕ ਦਿਨ ਉਸਕਾ ਫੋਨ ਆਇਆ ਆਪਣੇ ਆਪ,
कहता है मैं नंबर देता हूँ डीलर का, अपने आप बात कर लो ओनर का। ओनर का जिसने आपको कोठी दिखाई थी वहाँ उस टाइम खाली थी? नहीं, ओनर रह रहे हैं अभी। फिर आपने कैसे डील किया? तभी तो हमने ये बोल रही कि हमने ले लिए, हमने परचेज कर लिया, हमारे पास अथॉरिटी है, डीलर ये नहीं आएगा। मतलब ये बोल रही नेहा इसने खरीद लिया और आपको बेच, आपको बेचेगी, तो हमने मान ली, हम लोग आपने बयाना दे दिया 8 लाख 9 लाख, हाँ 9 लाख और 1 लाख मिल गया, 8 अभी बाकी है। हाँ, और हम रोज गेड़े मार रहे हैं वहाँ जा जाके, कुछ नहीं हो रहा, आप तो धमकियों पे आ गई है ये। की नाम ते की इशू है जेड़ा थाने आए हो? मेरा नाम अजय कुमारी है। इशू इदा होया कि नेहा शर्मा रियल स्टेट दा उन्होंने गलांदे कोठी दिखाई सानू और उहदा रेट 80 लाख रुपया दस्या, 95 था भी, कहिंदी 80 लाख ते दे दूंगी बीट मटीरियल ते, लेकिन उहने बोलदी भी 25% असीं बयाना लैणा, 25% वैसे 20 लाख रुपया ले लिया उसने। और फिर जब हम बोले कागज़ दे तो फिर आना कहानी करने लगी, उसने कागज़ नहीं दिए, फिर हमें पता चला कि वो मालिक वहाँ मिल गया, उसने बोला कि ये तो मेरी कोठी है, मैंने किसी को नहीं बेची है। फिर ये इसने फ़ोन ही बंद कर दिए और आज तक वो, फिर मैंने कंप्लेंट की SDF से, तो उस उन्होंने ना तभी इसने 1.5 लाख दिया। आज कल कटे 2 महीने हो गए इसको। टोटल कितने पैसे दिए? मैंने 20 दिए, मैंने अभी 1.5 दिया, बाकी तो इसने कुछ नहीं दिया। तो तुसी कंप्लेंट कितना टाइम पहला की थी? असी हो गया, मैं जनवरी महीने की थी। तो केड़ी जगह कोठी दिखाई थी थानू? असी 123 सेक्टर सन्नी। ओके, ते ओ कोठी 26 नंबर कोठी है। ਤੁਸੀਂ ਜਦੋਂ ਦੇਖਿਆ ਉੱਥੇ ਕੋਠੀ 'ਚ ਕੋਈ ਰਹਿੰਦਾ ਸੀ ਉਸ ਟਾਈਮ? ਕੋਈ ਨਹੀਂ ਰਹਿੰਦਾ, ਖਾਲੀ ਨਵੀਂ ਬਣੀ ਹੈ। ਤੇ ਹੁਣ ਕੀ ਦੇਈ ਦੇੜੀ ਕੋਠੀ? ਉਹ ਨਹੀਂ ਦੇ, ਉਹ ਮਾਲਕ ਬੋਲਦਾ ਮੇਰੀ ਕੋਠੀ ਹੈ, ਮੈਂ ਨਹੀਂ ਦੇਣੀ, ਉਸ ਦੇ ਥਰੂ ਨਹੀਂ ਦੇਣੀ, ਮੇਰੇ ਕੋਲ ਪੈਸਾ ਨਹੀਂ ਆਇਆ ਕੋਈ ਵੀ, ਤੇ ਮੈਂ। ਮਤਲਬ ਤੁਹਾਨੂੰ ਲੱਗਦਾ ਵੀ ਇਹਨੇ ਤੁਹਾਨੂੰ ਝੂਠੀ ਚੀਜ਼ ਵੇਚੀ? ਹਾਂ, ਝੂਠੀ ਚੀਜ਼ ਵੇਚੀ ਹੈ, ਪੱਕਾ ਹੀ ਵੇਚੀ, ਲੱਗਦਾ ਨਹੀਂ ਹੈ। ਭਾਜੀ ਕੀ ਨਾਮ ਤੇ ਕੀ ਇਸ਼ੂ ਹੈ ਜਿਹੜਾ ਥਾਣੇ ਆਏ ਹੋ ਅੱਜ? ਇਹ ਜਗਜੀਤ ਰਾਓ ਦੇ ਨਾਮ ਤੇ ਸੀਗਾ ਵਾਈਫ ਦੇ, ਇਹਨਾਂ ਨੇ ਪੈਸੇ ਦਿੱਤੇ ਸੀ ਔਨਲਾਈਨ ਇਹਨਾਂ ਨੂੰ ਮਕਾਨ ਵਾਸਤੇ, ਅਤੇ ਉਹ ਇਹਨਾਂ ਨੇ ਮਕਾਨ ਤਾਂ ਦਿੱਤਾ ਨਹੀਂ, ਕਿਸੇ ਹੋਰ ਦਾ ਮਕਾਨ ਵੇਚ ਰਹੇ ਸੀਗੇ, ਅਤੇ ਇਹਨਾਂ ਨੇ ਸਾਨੂੰ 8,81,000 ਦਾ ਚੈੱਕ ਕੱਟ ਕੇ ਦਿੱਤਾ ਸੀਗਾ, ਜਿਹੜਾ 2 ਵਾਰੀ ਬਾਊਂਸ ਹੋ ਗਿਆ ਜੀ। ਇਹ ਸਾਡੀ ਪੇਮੈਂਟ ਵੀ ਨਹੀਂ ਦੇ ਰਹੇ, ਨਾ ਸਾਨੂੰ ਮਕਾਨ ਦੇ ਰਹੇ ਜੀ। ਕੌਣ ਨੇ ਜੀ ਇਹ? ਨੇਹਾ ਸ਼ਰਮਾ ਜੀ। ਕਿੱਥੇ ਕੰਮ? ਨੇਹਾ ਕੌਰ ਵੀ ਨਾਂ ਦੱਸਦੇ ਜੀ ਆਪਣਾ, ਇਹ ਕਿੱਥੇ ਕੰਮ ਕਰਦੇ? ਇਹ 123 ਦੇ ਵਿੱਚ ਹੈ ਜੀ ਔਫਿਸ, ਹੌਕ ਰੀਅਲ ਇਸਟੇਟ ਦੇ ਨਾਂ 'ਤੇ ਜੀ। ਅਤੇ ਕਿੱਥੇ ਤੁਹਾਡੇ ਨਾਲ ਕੀ ਸੌਦਾ ਕੀ ਤੈਅ ਹੋਇਆ? ਸੌਦਾ ਸਾਡਾ 25 ਲੱਖ ਦਾ ਤੈਅ ਹੋਇਆ ਸੀ ਇਹਦਾ, ਆਪਣਾ ਫਲੈਟ ਦਾ ਜੀ, ਫਸਟ ਫਲੋਰ ਦਾ, ਅਤੇ ਉਹ ਕਿਸੇ ਹੋਰ ਦਾ ਸੀਗਾ, ਕੋਈ ਹੋਰ ਰਹਿ ਰਿਹਾ ਜੀ ਉੱਥੇ, ਕਿਸੇ ਹੋਰ ਦਾ ਫਲੈਟ ਸਾਨੂੰ ਵੇਚਿਆ ਜੀ ਇਹਨਾਂ ਨੇ। ਤੁਹਾਤੋਂ ਕਿੰਨੇ ਪੈਸੇ ਲਿੱਤੇ? ਇਹਨਾਂ ਨੇ 8,81,000 ਲਈ, ਅਤੇ 8,81 ਤੁਸੀਂ ਦਿੱਤਾ, ਬਾਕੀ ਜਦੋਂ ਰਜਿਸਟਰੀ ਕਰਾਉਣੀ ਉਦੋਂ ਦੇਣਾ? ਉਦੋਂ ਦੇਣਾ ਸੀਗਾ ਜੀ, ਰਜਿਸਟਰੀ ਦੀ ਡੇਟ ਵੀ ਲਿੱਤੀ ਸੀਗੀ, ਅਤੇ ਉਦੋਂ ਵੀ ਇਹਨਾਂ ਨੇ ਕਹਿਤਾ ਸੀ ਪਟਵਾਰੀ ਨਹੀਂ ਆਏ ਹੈਗੇ ਜੀ, ਡੇਟ ਦੁਬਾਰਾ ਲੈਣੀ ਪੈਣੀ ਹੈ ਜੀ, ਉਸ ਤੋਂ ਬਾਅਦ ਕੋਈ ਡੇਟ ਨਹੀਂ, ਕੋਈ ਕੁਛ ਨਹੀਂ। ਸਾਨੂੰ ਲੋਨ ਵਾਸਤੇ ਵੀ ਕਾਗਜ਼ ਲੈ ਲਏ ਸੀ ਇਹਨਾਂ ਨੇ, ਚੈੱਕ ਵੀ ਲੈ ਲਏ ਸੀਗੇ, ਅਤੇ ਤੇਜਿੰਦਰ ਜੀ ਲੈ ਕੇ ਗਏ ਸੀਗੇ, ਅਤੇ ਉਹ ਵੀ ਸਾਡਾ ਨਹੀਂ ਹੋਇਆ, ਅਤੇ ਉਹ ਕਹਿੰਦੇ ਵੀ ਜਦੋਂ ਹੋਏਗਾ ਤੁਹਾਡੀ ਰਜਿਸਟਰੀ ਹੋਏਗੀ ਨਾ, ਉਦੋਂ ਤੁਹਾਨੂੰ ਚੈੱਕ ਦਿੱਤਾ ਜਾਊ, ਚੈੱਕ ਦਿੱਤਾ ਜਾਊਗਾ ਉਹਦਾ। ਕਿੰਨੇ ਟਾਈਮ ਪਹਿਲਾਂ ਤੁਸੀਂ ਪੇਮੈਂਟ ਦਿੱਤੀ ਹੈ? ਪੇਮੈਂਟ ਨੂੰ ਜੀ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਪਈ ਹੈ ਚੈੱਕ ਦੇ ਵਿੱਚ। ਕਿੰਨਾ ਟਾਈਮ ਹੋ ਗਿਆ? ਸਰ 7-8 ਮਹੀਨੇ ਹੋ ਗਏ ਜੀ। ਅਤੇ ਹੁਣ ਮੈਡਮ ਕੀ ਕਹਿ ਰਹੀ? ਜਿਹੜੀ ਮੈਡਮ ਸਾਨੂੰ ਰੋਜ਼ ਲਾਰੇ ਲਗਾ ਕੇ ਭੇਜ ਦਿੰਦੇ ਜੀ, ਰੋਜ਼ ਬਾਊਂਸਰਾਂ ਨੂੰ ਕੋਲ ਖੜੇ ਕਰ ਲੈਂਦੇ, ਸਾਨੂੰ ਡਰਾਬੇ ਦਿੰਦੇ ਜੀ, ਧਮਕੇ ਦਿੰਦੇ ਹੈਗੇ ਜੀ, ਅਤੇ ਸਾਡੇ ਹੁਣ ਪੈਸੇ ਦੇ ਨਹੀਂ ਰਹੇ ਜੀ ਰੋਜ਼। ਸਾਨੂੰ ਕੱਲ੍ਹ ਵੀ ਅਸੀਂ 4 ਘੰਟੇ ਬੈਠ ਕੇ ਆਏ ਜੀ ਉਹਨਾਂ ਕੋਲ, ਸਾਨੂੰ ਮਤਲਬ ਕੋਈ ਹੱਲ ਨਹੀਂ ਹੋ ਰਿਹਾ ਜੀ ਇਸਦਾ। ਤੁਸੀਂ ਕੋਈ ਕੰਪਲੇਂਟ ਕੀਤੀ ਹੈ? ਕੰਪਲੇਂਟ SSP ਆਫਿਸ ਹੋਈ ਹੈ ਜੀ, ਉਹਨਾਂ 'ਤੇ ਵੀ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ, ਉਹਨਾਂ ਦੀ ਕੰਪਲੇਂਟ ਇਹਨਾਂ ਤੱਕ ਨਹੀਂ ਪਹੁੰਚੀ ਹੈਗੀ, ਜਿਹੜੇ ਵਾਰੰਟ ਭੇਜਣੇ ਸੀ ਇਹਨਾਂ ਕੋਲ ਗਏ ਨਹੀਂ ਹਜੇ, ਉੱਥੇ 'ਤੇ ਪਏ ਆ ਜੀ, ਮੈਂ ਥੋੜ੍ਹੇ ਦਿਨ ਪਹਿਲਾਂ ਵੀ ਜਾ ਕੇ ਆਇਆ ਜੀ। ਉੱਦਾਂ ਅਰੈਸਟ ਵੀ ਹੋਈ ਉਹਦੀ? ਮੈਂ ਕਿਹਾ ਨਹੀਂ ਜੀ, ਉਹਦੇ ਵਾਸਤੇ ਨਹੀਂ ਹੋਏ ਜੀ, ਜਿਹੜੇ ਮੈਂ ਦਿੱਤੇ ਹੈਗੇ ਕਾਗਜ਼ SSP ਆਫਿਸ ਪਏ ਆ ਜੀ ਸੋਹਾਣਾ 'ਚ। ਸਰ ਕੀ ਇਸ਼ੂ ਹੈ ਜਿਹੜਾ ਥਾਣੇ ਆਏ ਹੋ ਅੱਜ? ਭਾਜੀ ਮੇਰਾ ਨਾਮ ਸਿਕੰਦਰ ਹੈ, ਮੈਂ ਨਾ ਇੱਕ ਹੋਪਲੀ ਸਟੇਟ ਦੇ ਨਾਂ ਤੋਂ ਨਾ ਪ੍ਰੋਪਰਟੀ ਹੈਗੀ ਹੈ ਉਹਨਾਂ ਦੀ, ਉਹਨਾਂ ਤੋਂ ਪ੍ਰੋਪਰਟੀ ਲਈ ਸੀ ਪਲੋਟ, ਅਤੇ ਪਲੋਟ ਦਿੱਤੇ ਸੀਗੇ, ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਮੈਂ ਬਰਾਮ ਨੂੰ ਹੋ ਕੇ ਦਊਂਗੀ 55 ਲੱਖ ਰੁਪਏ 'ਚ,
ਰਜਿਸਟਰੀ ਵਿੱਚ ਹੀ ਕਰਾ ਕੇ ਸਾਰਾ ਕੁਛ, ਅਤੇ ਕਹਿੰਦੇ ਵੀ ਮੈਂ ਤੁਸੀਂ ਮੈਨੂੰ ਸਾਈਨ ਕਰੋ, ਟੋਕਨ ਮਨੀ ਕਰੋ, ਅਤੇ ਮੈਂ ਉਸ ਤੋਂ ਬਾਅਦ ਤੁਹਾਨੂੰ ਬਾਕੀ ਪੇਮੈਂਟ ਰਜਿਸਟਰੀ 'ਤੇ ਦਊਂਗੇ, ਕਰਨੀ ਪੈਣੀ ਤੁਹਾਨੂੰ। ਅਤੇ ਇਹਨਾਂ ਨੇ ਮੇਰੇ ਤੋਂ ਵੀ ਪੇਮੈਂਟ ਲੈ ਲਈ ਸੀਗੀ 23 ਲੱਖ ਰੁਪਏ, ਮੈਂ ਪੇਮੈਂਟ ਵੀ ਅਕਾਊਂਟ ਪੇਮੈਂਟ ਕਰੀ ਹੋਈ ਹੈ, ਅਤੇ ਉਸ ਤੋਂ ਬਾਅਦ ਇਹਨੇ ਮੈਨੂੰ ਕੋਈ ਆਈ ਗਾਈ ਨਹੀਂ ਦਿੱਤੀ ਹੈ। ਅਤੇ ਆਪਾਂ ਇਹਦੇ ਔਫਿਸ ਗਏ ਅਤੇ ਮੇਰੀ ਮਦਰ ਨਾਲ ਇਹ ਬਹਿਸ ਰਹੀ ਸੀਗੀ, ਉਸ ਵਜ੍ਹਾ ਨਾਲ ਮੇਰੀ ਮਦਰ ਹੋਸਪਿਟਲ 'ਚ ਐਡਮਿਟ ਰਹੇ 2 ਮਹੀਨੇ ਤੋਂ ਮੈਡੀਕਲ 'ਚ ਰਹੇ ਹੋ ਮੇਰੇ। ਕਿੰਨਾ ਟਾਈਮ ਪਹਿਲਾਂ ਪੈਸੇ ਦਿੱਤੇ ਸੀ? ਭਾਅ ਜੀ ਅਸੀਂ ਦਿੱਤੇ ਸੀਗੇ ਅਕਤੂਬਰ 'ਚ। ਕੀ ਸੌਦਾ ਕੀ ਹੋਇਆ ਸੀ? ਸੌਦਾ ਹੋਇਆ ਸੀ ਸਾਡਾ ਪਲੌਂਟ ਦਾ, ਅਤੇ ਉਹਨੇ ਕੋਠੀ ਬਣਾ ਕੇ ਦੇਣੀ ਸੀ ਸਾਨੂੰ। ਕਿੰਨੇ ਲੱਖ 'ਚ ਹੋਇਆ ਸੀ ਸਾਡਾ? ਭਾਅ ਜੀ ਹੋਇਆ ਸੀਗਾ 1 ਕਰੋੜ 'ਚ। ਕਿੰਨੇ ਪੈਸੇ ਤੁਸੀਂ ਦਿੱਤੇ? 23 ਲੱਖ ਰੁਪਏ ਦਿੱਤਾ ਹੈ। ਅਤੇ ਤੁਹਾਨੂੰ ਕਿੰਨੇ ਮੋੜੇ ਨੇ? ਭਾਅ ਜੀ ਕੁਛ ਨਹੀਂ ਮੋੜਿਆ ਹਲੇ ਤੱਕ। ਅਤੇ ਹੁਣ ਕੀ ਕਹਿ ਰਹੀ ਹੈ? ਹੁਣ ਕਹਿੰਦੀ ਬਸ ਲਾਰੇ ਲਾਈ ਜਾਂਦੀ, ਕਦੇ ਕਹਿੰਦੀ ਵੀ ਮੈਂ ਮੇਰੇ ਤੋਂ ਚੈੱਕ ਲੈ ਜਾਓ, ਚੈੱਕ ਕੱਟ ਕੇ ਦਿੱਤੇ, 2 ਚੈੱਕ ਦਿੱਤੇ ਉਹਨਾਂ ਨੇ, ਚੈੱਕ ਕੱਟ ਕੇ 7 ਚੈੱਕ ਹੋਈ ਹੈ। ਦੇਖੋ 2 ਚੈੱਕ ਕੱਟ ਕੇ ਦਿੱਤੇ ਸੀਗੇ 7 ਲੱਖ ਰੁਪਏ ਦੇ, ਅਤੇ ਮੈਂ ਬਾਊਂਸ ਵੀ ਅਕਾਊਂਟ 'ਚ ਲਾਏ ਅਤੇ ਬਾਊਂਸ ਹੋ ਗਏ 2 ਚੈੱਕ। ਅਤੇ ਮੈਂ ਹੁਣ ਫੇਰ ਗਿਆ ਇਹਨਾਂ ਦੇ ਔਫਿਸ, ਅਤੇ ਇਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਨਾ ਆਪਣਾ ਨਾ ਉਹ ਕਰ ਲਓ ਵੀ ਆਪਣੀ ਪੇਮੈਂਟ ਲੈ ਲਓ। ਆਪਾਂ ਤਾਂ ਪੇਮੈਂਟ ਨਹੀਂ ਦੇ ਰਹੀ, ਹੁਣ ਫਿਰ ਰੋਜ਼ ਲਾਰੇ ਲਾਈ ਜਾਂਦੀ, ਅਸੀਂ ਕੱਲ੍ਹ ਪਰਸੋਂ ਵੀ ਗਏ ਸੀਗੇ ਅਤੇ ਮਿਲੀ ਨਹੀਂ ਸਾਨੂੰ ਔਫਿਸ 'ਚ, ਕਹਿੰਦੇ ਮੈਂ ਹੈ ਹੀ ਨਹੀਂ। ਕੰਪਲੇਂਟ ਕੀਤੀ ਕੋਈ? ਕੰਪਲੇਂਟ ਭਾਅ ਜੀ ਕੰਪਲੇਂਟ ਨਹੀਂ ਕੀਤੀ ਸੀ ਹਲੇ। ਕੰਪਲੇਂਟ ਕਿਹਨਾਂ ਨੂੰ ਕੀਤੀ? ਕੰਪਲੇਂਟ ਚੰਡੀਗੜ੍ਹ। ਜਿਹੜੇ ਬਾਹਰ ਲੋਕ ਇਕੱਠੇ ਹੋਏ ਹੋਏ ਆ, ਕਹਿੰਦੇ ਧੋਖਾਧੜੀ ਹੋਈ, ਕਿਆ ਮਾਮਲਾ ਕਿਹਾ ਜੀ? ਮਾਮਲਾ ਇਹ ਹੈ ਜੀ ਵੀ ਇੱਕ ਨੇਹਾ ਦੇ ਬਰਖਿਲਾਫ਼ ਦਰਖਾਸਤ ਆਈ ਸੀ, ਲੋਕਾਂ ਨੇ ਦਰਖਾਸਤ ਦਿੱਤੀ ਵੀ ਸਾਡੇ ਨਾਲ ਇਹ ਧੋਖਾ ਕਰਿਆ। ਇਹਨਾਂ ਨੇ ਇੱਕ ਕੋਠੀ, ਨੇਹਾ ਨੇ ਇੱਕ ਕੋਠੀ 80 ਲੱਖ ਰੁਪਏ ਦੀ ਇਹਨਾਂ ਦੇ ਨਾਲ ਸੌਦਾ ਤੈਅ ਹੋਇਆ। ਇਹਨਾਂ ਨੇ 20 ਲੱਖ ਰੁਪਇਆ ਇਹਨਾਂ ਨੂੰ ਬਿਆਨਾ ਦੇ ਦਿੱਤਾ, ਜੋ ਕਿ ਇਹ ਉਹ ਗਲਤ ਸਰਾਸਰ ਗਲਤ ਦੀ ਕੋਠੀ ਕਿਸੇ ਹੋਰ ਦੀ ਦਿਖਾ ਕੇ ਇਹਨਾਂ ਨਾਲ ਧੋਖਾ ਕਰਿਆ। ਠੀਕ ਹੈ ਜੀ, ਇਹ 2 ਬੰਦੇ ਅਸੀਂ ਅਰੈਸਟ ਕਰੇ ਹਾਂ, ਇੱਕ ਇਹਦੇ ਨਾਲ ਵਿਕਾਸ਼ ਪੁੱਤਰ ਕੈਲਾਸ਼ ਹੈ, ਅਤੇ ਇਹਨਾਂ ਦਾ ਦਫ਼ਤਰ ਹੈ ਜਿਹੜਾ ਆਪਣਾ ਦਫ਼ਤਰ ਖੋਲ੍ਹਿਆ ਇਹਨਾਂ ਨੇ ਹਾਕ ਰੀਅਲ ਅਸਟੇਟ। ਕਿਹੜੀ ਜਗ੍ਹਾ ਸਰ? ਇਹ ਆਪਣਾ ਸਨੀ ਇਨਕਲੇਵ ਦੇ ਵਿੱਚ ਹੈ ਜੀ। ਜੀ ਠੀਕ ਹੈ ਸਰ, ਉੱਥੇ ਖੋਲ੍ਹਿਆ, ਅਤੇ ਕੁਝ ਲੋਕ ਹੁਣ ਸਾਡੇ ਕੋਲ ਹੋਰ ਵੀ ਇਕੱਠੇ ਹੋਏ ਵੀ, ਇਹਨਾਂ ਦੇ ਵੀ ਸਾਡੇ ਕੋਲ ਦਰਖਾਸਤਾਂ ਆਈ ਵੀਆਂ ਦਰਖਾਸਤਾਂ। ਇਹਨਾਂ ਨੇ ਵੀ ਕਿਹਾ ਵੀ ਸਾਡੇ ਨੂੰ ਇਹਨਾਂ ਨੇ ਬਿਆਨੇ ਦੇ ਦਿੱਤੇ, ਸਾਨੂੰ ਕੋਈ ਰਜਿਸਟਰੀ ਨਹੀਂ ਕਰਾਉਂਦਾ, ਕਿਤੇ ਕੋਈ ਪਲਾਟ ਦਿਖਾ ਦਿੰਦੀ ਹੈ। ਇਹਨਾਂ ਲੋਕਾਂ ਨਾਲ ਵੀ ਨਾ ਕਾਫੀ ਧੋਖਾ ਕੀਤਾ, ਅਤੇ ਇਹਦੇ ਬਰਖਿਲਾਫ਼ 5-6 ਮੁਕੱਦਮੇ ਪਹਿਲਾਂ ਵੀ ਦਰਜ ਹੈ। ਸਰ, ਆ ਜਿਹੜਾ ਹੁਣ ਮੁਕੱਦਮਾ ਦਰਜ ਹੋਇਆ ਇਹਦੇ 'ਤੇ ਕੀ ਐਕਸ਼ਨ ਹੈ? ਇਹਦੇ ਤਾਰਾ ਲਾਈ ਹੈ ਜੀ ਅਸੀਂ 406, 420, 467, 468, 471, 506, 120। ਸਰ, ਤਿੰਨੋਂ ਕਿਹੜੇ ਕਿਹੜੇ ਦੋਸ਼ੀ ਜੀ? ਤਿੰਨੇ ਜੋ ਦੋਸ਼ੀ ਹੈਗੇ ਆ ਜਿਹਦੇ 'ਚ ਨੇਹਾ ਸ਼ਰਮਾ ਉਰਫ ਨੇਹਾ ਕੌਰ, ਵਿਕਾਸ਼ ਪੁੱਤਰ ਕੈਲਾਸ਼, ਅਤੇ ਤਜਿੰਦਰ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਮੁੱਲਾਂਪੁਰ ਗਰੀਬਦਾਸ। ਅਰੈਸਟ ਕਿੰਨੇ ਹੋ ਗਏ ਜੀ 'ਚੋਂ? ਅਰੈਸਟ 2 ਨੇਹਾ ਸ਼ਰਮਾ ਅਤੇ ਵਿਕਾਸ਼ ਕੈਲਾਸ਼। ਸਰ, ਪੇਸ਼ ਹੋ ਗਏ ਜੀ? ਹਾਂ ਜੀ ਹਾਂ, ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰਿਆ, ਜਿਹਨਾਂ ਦਾ 2 ਦਿਨ ਦਾ ਰਿਮਾਂਡ ਰਿਹਾ। ਅਤੇ ਟੋਟਲ ਸਰ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕੁ ਦੀ ਠੱਗੀ ਜਿਹੜੀ ਕੀਤੀ ਗਈ ਹੋਈ? ਟੋਟਲ ਠੱਗੀ ਜੀ ਇਹਨਾਂ ਦੀ ਹੈਗੀ 1 ਕਰੋੜ ਦੇ ਉੱਪਰ ਠੱਗੀ ਹੈ ਜੀ ਇਹਨਾਂ ਦੀ ਘੱਟੋ ਘੱਟ। ਜਿਹੜੇ ਸਾਰੇ ਉਹਨਾਂ ਵੱਲੋਂ ਵੀ ਦਰਖਾਸਤ? ਹਾਂ ਜੀ ਹਾਂ, ਉਹਨਾਂ ਵੱਲੋਂ ਸਾਰੇ ਬੰਦਿਆਂ ਵੱਲੋਂ ਦਰਖਾਸਤਾਂ ਆਈਆਂ ਸਾਡੇ ਕੋਲ, 10-12 ਦਰਖਾਸਤਾਂ ਹੋਰ ਦਿੱਤੀਆਂ ਉਹਨਾਂ ਨੇ। ਉਹਨਾਂ ਨੇ ਕਿਹਾ ਵੀ ਸਾਡੇ ਨਾਲ ਵੀ ਨਾ ਧੋਖਾ ਕਰਿਆ, ਕਿਸੇ ਦਾ 5 ਲੱਖ, ਕਿਸੇ ਦਾ 10 ਲੱਖ, ਕਿਸੇ ਦੇ ਕਿੰਨੇ ਪਏ, ਕਿਸੇ ਦੇ ਕਿੰਨੇ ਪਏ ਆ।